कनेडा ने स्टूडेंट ਨੂੰ एक बार फिर ਦਿੱਤਾ ਵੱਡਾ ਚੱਕਾ ਕੀ ਕੈਨੇਡਾ ਚ ਸਟੱਡੀ ਕਰਨ ਤੋਂ ਬਾਅਦ ਹੁਣ ਮਿਲੇਗਾ ਵਰਕ ਪਰਮਿਟ ਜਾਂ ਸਤਿ ਸ਼੍ਰੀ ਅਕਾਲ ਦੋਸਤੋ ਫੌਜੀ ਬਾਬਾ ਚੈਨਲ ਔਰ ਡਿਸਕਵਰ ਪਲੱਸ ਚ ਇੱਕ ਵਾਰ ਫਿਰ ਤੁਹਾਡਾ ਸਵਾਗਤ ਹੈ ਅੱਜ ਵਾਰ ਫਿਰ ਲੈ ਕੇ ਆਇਆ ਤੁਹਾਡੇ ਲਈ ਇੱਕ ਬੜੀ ਇਨਫੋਰਮੇਸ਼ਨ ਵਾਲੀ ਵੀਡੀਓ ਕੈਨੇਡਾ ਸੀਰੀਜ਼ ਦੀ ਕੈਨੇਡਾ ਨੇ ਬਹੁਤ ਸਾਰੇ ਬਦਲਾਵ ਕੀਤੇ ਨੇ ਪਿੱਛੇ ਜੇ ਆਪਣੇ ਸਟੂਡੈਂਟ ਵੀਜ਼ਿਆਂ ਚ ਬਹੁਤ ਲੋਕ ਇੱਥੇ ਸਟੂਡੈਂਟ ਆਉਂਦੇ ਸੀ ਪਰ ਹੌਲੀ ਹੌਲੀ ਜੋ ਇੱਥੇ ਸਟੂਡੈਂਟਾਂ ਦੀ ਭਰਮਾਰ ਹੋਣ ਕਰਕੇ ਔਰ ਜੌਬਸ ਨਾ ਮਿਲਣ ਕਰਕੇ ਔਰ ਸਟੂਡੈਂਟਾਂ ਵੱਲੋਂ ਕੀਤੀ ਗਈ ਲਫੰਡਰਗਿਰੀ ਤੇ ਜੋ ਹੈ ਲੋਕੀ ਤਾਂਗਾਂ ਨੇ ਕੈਨੇਡਾ ਗਵਰਨਮੈਂਟ ਤੇ ਪ੍ਰੈਸ਼ਰ ਹੈ ਤੇ ਬੜੇ ਸ਼ਿਕੰਜੇ ਕਸੇ ਜਾ ਰਹੇ ਨੇ ਹੁਣ 1 ਨਵੰਬਰ 2024 ਤੋਂ ਕੁਝ ਚੇਂਜਸ ਆਈਆਂ ਨੇ ਬਹੁਤ ਇੰਪੋਰਟੈਂਟ ਚੇਂਜਸ ਨੇ ਧਿਆਨ ਨਾਲ ਸੁਣਿਓ ਵੀਡੀਓ ਪੂਰੀ ਦੇਖਿਓ ਤਾਂ ਕਿ ਜੇ ਤੁਸੀਂ ਕੈਨੇਡਾ ਆਉਣ ਦਾ ਇਰਾਦਾ ਰੱਖਦੇ ਹੋ ਤੇ ਤੁਹਾਨੂੰ ਇਹ ਗੱਲਾਂ ਹੁਣ ਤੋਂ ਕਲੀਅਰ ਹੋਣ ਬਾਅਦ ਚ ਪਛਤਾਉਣਾ ਫਿਰ ਬਹੁਤ ਮਹਿੰਗਾ ਪੈਣਾ ਤੁਹਾਨੂੰ ਪਹਿਲੀ ਗੱਲ ਤਾਂ ਜਿਵੇਂ ਉਹ ਸਟੂਡੈਂਟ ਕੈਨੇਡਾ ਆਉਂਦੇ ਸੀ 1 ਸਾਲ ਦੇ ਕੋਰਸ ਤੇ ਆਉਂਦੇ ਸੀ ਤੇ 1 ਸਾਲ ਦਾ ਵਰਕ ਪਰਮਿਟ 2 ਸਾਲ ਦੇ ਕੋਰਸ ਤੇ ਆਉਂਦੇ ਸੀ ਤੇ 3 ਸਾਲ ਦਾ ਵਰਕ ਪਰਮਿਟ ਉਹ ਅਸ਼ੋਰਡ ਸੀ ਜਿੰਨੇ ਸਟੂਡੈਂਟ ਨੇ ਹਰੇਕ ਨੂੰ ਵਰਕ ਪਰਮਿਟ ਮਿਲਣਾ ਸੀ ਹੁਣ 1 ਨਵੰਬਰ 2024 ਤੋਂ ਬਾਅਦ ਜਿਹੜੇ ਸਟੂਡੈਂਟ ਆਉਣਗੇ ਵਰਕ ਪਰਮਿਟ ਦੀ ਕੋਈ ਗਰੰਟੀ ਨਹੀਂ ਹੈ ਇਹ ਕੈਨੇਡਾ ਸਰਕਾਰ ਨੇ ਸਾਫ਼ ਕਰਤਾ ਵੀ ਨੰਬਰ ਆਫ ਸਟੂਡੈਂਟ ਔਰ ਨੰਬਰ ਆਫ ਵਰਕ ਪਰਮਿਟ 'ਚ ਡਿਫਰੈਂਸ ਰਹੇਗਾ ਵਰਕ ਪਰਮਿਟ ਮੈਰਿਟ ਦੇ ਆਧਾਰ 'ਤੇ ਮਿਲੇਗਾ ਹਰ ਕਿਸੇ ਨੂੰ ਵਰਕ ਪਰਮਿਟ ਗਰੰਟਡ ਨਹੀਂ ਹੋਵੇਗਾ ਜਦੋਂ ਵਰਕ ਪਰਮਿਟ ਨਹੀਂ ਮਿਲੇਗਾ ਤਾਂ ਤੁਹਾਡੇ ਕੋਲ ਹੋਰ ਕੋਈ ਆਪਸ਼ਨ ਨਹੀਂ ਬਜਾਏ ਵਾਪਸ ਜਾਣ ਦੀ ਤੇ ਇਹ ਸੋਚ ਕੇ ਆਇਓ ਐਵੇਂ ਨਾ ਆਪਣਾ ਖਰਚਾ ਕਰਕੇ ਕਰਜ਼ਾ ਚੱਕ ਕੇ ਇੱਥੇ ਆ ਜਾਓ ਕਿ ਸ਼ਾਇਦ ਉਸ ਤੋਂ ਬਾਅਦ ਅਸੀਂ ਸੈਟਲ ਹੋ ਜਾਵਾਂਗੇ ਇਸ ਦੀ ਹੁਣ ਕੋਈ ਗਰੰਟੀ ਨਹੀਂ ਹੈ ਨੰਬਰ 2 ਵਰਕ ਪਰਮਿਟ ਤੇ ਬੜੀਆਂ ਚੇਂਜਸ ਆਈਆਂ ਨੇ ਉਹਨਾਂ ਨੇ ਇਹ ਸਾਫ਼ ਕਰਤਾ ਕਿ ਕੁਝ ਪ੍ਰੋਫੈਸ਼ਨ ਨੇ ਜਿਨ੍ਹਾਂ 'ਚ ਵਰਕ ਪਰਮਿਟ ਮਿਲੇਗਾ 5 ਕੁ ਪ੍ਰੋਫੈਸ਼ਨ ਨੇ ਮੈਂ ਤੁਹਾਨੂੰ ਸਕਰੀਨ 'ਤੇ ਦਿਖਾ ਰਿਹਾ ਉਹਦਾ ਪੂਰਾ ਸਕਰੀਨਸ਼ਾਟ ਜਿਸ ਤਰ੍ਹਾਂ ਕਿ ਐਗਰੀਕਲਚਰ ਹੈ ਟਰਾਂਸਪੋਰਟ ਹੈ ਸਾਇੰਸ ਐਂਡ ਟੈਕਨੋਲੋਜੀ ਹੈ ਮੈਥ ਹੈ ਇਹ ਚੀਜ਼ਾਂ 'ਚ ਤੁਹਾਨੂੰ ਵਰਕ ਪਰਮਿਟ ਮਿਲੇਗਾ ਪ੍ਰੋਵਾਈਡਡ ਤੁਸੀਂ ਬਾਕੀ ਚੀਜ਼ਾਂ 'ਤੇ ਕੁਆਲੀਫਾਈ ਕਰਦੇ ਹੋ ਹੁਣ ਵਰਕ ਪਰਮਿਟ ਤੋਂ ਬਾਅਦ PR ਵੀ ਥੋੜ੍ਹੀ ਜਿਹੀ ਲੰਬੀ ਹੋਏਗੀ ਔਰ ਟਾਈਮ ਲੱਗੇਗਾ ਤੀਜੀ ਜੋ ਚੇਂਜ ਆਈ ਹੈ ਵਰਕ ਪਰਮਿਟ ਦੇ ਲਈ ਜੋ ਐਲੀਜੀਬਿਲਟੀ ਹੈ ਤੁਹਾਨੂੰ ਇੰਗਲਿਸ਼ ਦਾ ਟੈਸਟ ਦੇਣਾ ਪਏਗਾ CLB 5 ਕਾਲਜ 'ਚੋਂ ਅਤੇ ਜੇ ਯੂਨੀਵਰਸਿਟੀ 'ਚੋਂ CLB 7 ਯਾਨੀ ਦੁਬਾਰਾ ਆਈਲੈਟ ਜਾਂ ਹੋਰ ਕੋਈ ਇੰਗਲਿਸ਼ ਦਾ ਐਗਜ਼ਾਮ ਦੇਣਾ ਪਏਗਾ ਜੇ ਤੁਸੀਂ ਉਹ ਕਣਕ ਕਰੋ ਕਰੱਟੇ ਮਾਰ ਕੇ ਕਿਤੇ ਆਈਲੈਟ ਪਾਸ ਕਰਕੇ ਐਡਮਿਸ਼ਨ ਲੈ ਗਏ ਹੋ 6 6.5 ਬੈਂਡ ਨਾਲ ਅਤੇ ਹੁਣ ਇਹ ਗਰੰਟੀ ਨਾ ਸਮਝੋ ਕਿ ਉਹੀ ਆਈਲੈਟ ਦੇ ਸਕੋਰ ਨਾਲ ਤੁਹਾਨੂੰ ਜੋ ਇੱਥੇ ਵਰਕ ਪਰਮਿਟ ਮਿਲ ਜਾਏਗਾ ਤੁਹਾਨੂੰ ਇੰਗਲਿਸ਼ ਦਾ ਟੈਸਟ ਦੁਬਾਰਾ ਦੇਣਾ ਪਏਗਾ ਔਰ ਜੇ ਤੁਹਾਡੀ ਇੰਗਲਿਸ਼ 'ਚ ਪ੍ਰੋਫੀਸ਼ੀਐਂਸੀ ਨਹੀਂ ਹੈ ਤਾਂ ਤੁਹਾਡੇ ਵਾਸਤੇ ਮੁਸ਼ਕਲ ਹੋ ਜਾਏਗਾ ਕਿਉਂਕਿ ਵਰਕ ਪਰਮਿਟ ਨਹੀਂ ਮਿਲੇਗਾ ਔਰ ਬੈਕ ਟੂ ਸਕੇਅਰ 1 ਵਾਲੀ ਹਾਲਤ ਹੋ ਜਾਏਗੀ ਇਸ ਕਰਕੇ ਜੇ ਤੁਸੀਂ ਕੈਨੇਡਾ ਆਉਣਾ ਖਾਸ ਕਰ ਐਜ਼ ਅ ਸਟੂਡੈਂਟ ਧਿਆਨ ਰੱਖੋ ਇਹ ਚੀਜ਼ਾਂ ਦਾ ਪੱਕੇ ਪੈਰੀਂ ਆਓ ਆਪਦੀ ਇੰਗਲਿਸ਼ ਇੰਪਰੂਵ ਕਰਕੇ ਆਓ ਅਤੇ ਚੰਗੇ ਕੋਰਸ 'ਚ ਐਡਮਿਸ਼ਨ ਲਓ ਫਿਰ ਤੁਹਾਡੇ ਰਾਹ ਬੜੇ ਪੱਧਰੇ ਨੇ ਔਰ ਤੁਸੀਂ ਈਜ਼ੀਲੀ ਸੈਟਲ ਹੋ ਸਕਦੇ ਹੋ ਕਿਸੇ ਏਜੰਟਾਂ ਦੇ ਭਰੋਸੇ ਇਹ ਨਾ ਸੋਚ ਕੇ ਆਇਓ ਕਿ ਇੱਥੇ ਜੌਬ ਮਿਲ ਜੂਗੀ ਇੱਥੇ ਕੰਮ ਮਿਲ ਜੂਗਾ 2 ਮਹੀਨੇ ਤੋਂ ਬਾਅਦ ਫੀਸ ਵੀ ਕੱਢ ਲਾਂਗੇ ਇਹ ਚੀਜ਼ਾਂ ਹੁਣ ਬੀਤੇ ਜ਼ਮਾਨੇ ਦੀਆਂ ਗੱਲਾਂ ਨੇ ਇਹ ਚੀਜ਼ਾਂ ਨਹੀਂ ਰਹੀਆਂ ਦੋਸਤੋ ਇਹ ਜਾਣਕਾਰੀ ਚੰਗੀ ਲੱਗੇ ਤਾਂ ਸ਼ੇਅਰ ਕਰੋ ਲਾਈਕ ਕਰੋ ਅਤੇ ਕਮੈਂਟ ਕਰੋ ਸਾਡੇ ਚੈਨਲ 'ਤੇ ਅਸੀਂ ਤੁਹਾਨੂੰ ਹੋਰ ਵੀ ਇਸ ਦੇ ਬਾਰੇ ਵੀਡੀਓ ਦਿਖਾਉਂਦੇ ਰਹਾਂਗੇ ਸਤਿ ਸ਼੍ਰੀ ਅਕਾਲ